ਸਤਿ ਸ਼੍ਰੀ ਅਕਾਲ, FMI ਨਿਊਜ਼ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਅਸੀਂ ਕੈਨੇਡਾ ਦੇ ਚੈਨਲ 5 ਤੇ UK ਦੇ ਸੰਗਤ TV ਤੇ ਵੀ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬੁਲਟਿਨ ਦੀ ਸ਼ੁਰੂਆਤ ਕਰਾਂਗੇ ਖਾਸ ਖਬਰਾਂ ਦੇ ਨਾਲ। ਕਾਂਗਰਸ ਦੇ ਸੂਬੇ ਦੇ ਪਾਣੀਆਂ ਦੇ ਮੁੱਦੇ ਤੇ ਵਿਧਾਨ ਸਭਾ ਅੰਦਰ ਤੇ ਬਾਹਰ ਪ੍ਰਦਰਸ਼ਨ। ਪ੍ਰਕਾਸ਼ ਸਿੰਘ ਬਾਦਲ ਨੇ ਸਦਨ 'ਚ ਲਿਆਂਦਾ ਸੀ ਪਾਣੀਆਂ ਦੇ ਮੁੱਦੇ ਤੇ ਮਤਾ। ਕਾਂਗਰਸ ਨੇ ਕਿਹਾ SYL ਪ੍ਰੋਜੈਕਟ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਮੋੜੇ ਸਰਕਾਰ। ਹੰਗਾਮੇ ਉਪਰੰਤ ਸਾਰੇ ਕਾਂਗਰਸੀ ਵਿਧਾਇਕ ਇੱਕ ਦਿਨ ਲਈ ਮੁਅੱਤਲ। ਸ਼ਮਸ਼ੇਰ ਸਿੰਘ ਦੁੱਲੋ ਅਤੇ ਪ੍ਰਤਾਪ ਸਿੰਘ ਬਾਜਵਾ ਹੋਣਗੇ ਕਾਂਗਰਸ ਦੇ ਰਾਜ ਸਭਾ ਲਈ ਉਮੀਦਵਾਰ। ਹੰਸਰਾਜ ਹੰਸ ਦੀ ਥਾਂ ਤੇ ਹੋਏਗਾ ਸੀਨੀਅਰ ਕਾਂਗਰਸੀ ਲੀਡਰ ਦੀ ਨਾਮਜ਼ਦਗੀ। ਦੁੱਲੋ ਹੰਸਰਾਜ ਹੰਸ ਦਾ ਕੱਟ ਚੁੱਕੇ ਸਨ ਵਿਰੋਧ। ਲੁਧਿਆਣਾ 'ਚ ਗੁਰਦਾਸਪੁਰ ਖੇਤਰ 'ਚ ਸਰਕਾਰੀ ਫਲੈਟਾਂ ਨੂੰ ਖਾਲੀ ਕਰਵਾਉਣ ਵੇਲੇ ਨਾਜਾਇਜ਼ ਕਬਜ਼ਾ ਧਾਰਕਾਂ ਤੇ ਪੁਲਿਸ ਦਰਮਿਆਨ ਝੜਪ। ਪੁਲਿਸ ਨੇ ਕੀਤਾ ਲਾਠੀਚਾਰਜ, ਔਰਤਾਂ ਨੂੰ ਵੀ ਨਹੀਂ ਬਖਸ਼ਿਆ, ਕਈ ਜ਼ਖਮੀ। JNU 'ਚ ਕਨ੍ਹੱਈਆ ਕੁਮਾਰ ਤੇ ਗਾਜ਼ੀਆਬਾਦ ਦੇ ਰਹਿਣ ਵਾਲੇ ਵਿਕਾਸ ਚੌਧਰੀ ਨੇ ਕੀਤਾ ਹਮਲਾ। ਸੁਰੱਖਿਆ ਅਧਿਕਾਰੀਆਂ ਨੇ ਵਿਕਾਸ ਨੂੰ ਲਿਆ ਹਿਰਾਸਤ 'ਚ। ਕਨ੍ਹੱਈਆ ਦੇ ਫੌਜ ਵਾਲੇ ਬਿਆਨ ਤੋਂ ਨਾਰਾਜ਼ ਸੀ ਵਿਕਾਸ। ਗੁਜਰਾਤ ਦੇ ਇਸ਼ਰਤ ਜਹਾਂ ਮਾਮਲੇ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਖੜੇ ਕੀਤੇ ਸਵਾਲ। ਕਾਂਗਰਸ ਦੇ ਸਾਦੇ ਨਿਸ਼ਾਨ ਨੇ ਕਿਹਾ ਅਜਿਹੇ ਨਾਜ਼ੁਕ ਮਾਮਲਿਆਂ ਤੇ ਨਾ ਹੋਵੇ ਸਿਆਸਤ। ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਵਿਜੇ ਮਾਲਿਆ ਬੈਂਕਾਂ ਦਾ ਹਜ਼ਾਰਾਂ ਕਰੋੜ ਰੁਪਇਆ ਲੈ ਕੇ ਹੋਏ ਫਰਾਰ। ਮਾਮਲੇ ਤੇ ਸੰਸਦ 'ਚ ਹੰਗਾਮਾ। ਰਾਹੁਲ ਨੇ ਮਾਲਿਆ ਦੇ ਭੱਜਣ ਤੇ ਚੁੱਕੇ ਸਵਾਲ ਤਾਂ ਜੇਟਲੀ ਨੇ ਯਾਦ ਕਰਵਾਇਆ ਦਲਾਲ ਕੁਆਤਰੋਚੀ ਦਾ ਮੁਲਕ ਛੱਡਣਾ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਤੀਜੇ ਦਿਨ ਸੂਬੇ ਦੇ ਪਾਣੀਆਂ ਦਾ ਮੁੱਦਾ ਛਾਇਆ ਰਿਹਾ। ਵਿਰੋਧੀ ਧਿਰ ਨੇ ਖੁਦ ਦੀਆਂ ਮੰਗਾਂ ਨਜ਼ਰ ਅੰਦਾਜ਼ ਹੁੰਦੇ ਦੇਖਦਿਆਂ ਸਦਨ 'ਚ ਵਾਕਆਊਟ ਕਰ ਦਿੱਤਾ ਤਾਂ ਉਪ ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਤੇ ਬਹਿਸ 'ਚੋਂ ਜਾਣ ਬੁੱਝ ਕੇ ਭੱਜਣ ਦੇ ਇਲਜ਼ਾਮ ਲਗਾਏ। ਪੰਜਾਬ ਵਿਧਾਨ ਸਭਾ ਦਾ ਤੀਜਾ ਦਿਨ ਉਮੀਦ ਮੁਤਾਬਕ ਕਾਫੀ ਹੰਗਾਮਾ ਭਰਪੂਰ ਰਿਹਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਣੀਆਂ ਦੇ ਮੁੱਦੇ ਤੇ ਸਦਨ 'ਚ ਮਤਾ ਲਿਆਉਣਾ ਚਾਹੁੰਦੇ ਸਨ, ਪਰ ਕਾਂਗਰਸੀ ਮਤੇ 'ਚ ਬਦਲਾਅ ਕਰਕੇ SYL ਨਹਿਰ ਲਈ ਜ਼ਿਮੀਂਦਾਰਾਂ ਦੀਆਂ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੀ ਵਾਪਸੀ ਵੀ ਮਤੇ 'ਚ ਪਾਉਣਾ ਚਾਹੁੰਦੇ ਸਨ। ਵਿਰੋਧੀ ਧਿਰ ਦੀ ਇਸ ਮੰਗ ਨੂੰ ਸਪੀਕਰ ਨੇ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਦੋਵਾਂ ਹੀ ਕਾਂਗਰਸੀ ਵਿਧਾਇਕਾਂ ਨੂੰ ਪੂਰੇ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਆਪਣੀ ਮੰਗ ਨਾ ਮੰਨੇ ਜਾਣ ਤੋਂ ਖਫਾ ਹੋ ਕੇ ਸਦਨ 'ਚੋਂ ਵਾਕਆਊਟ ਕਰ ਦਿੱਤਾ। ਜੋ ਕੇਂਦਰ ਸਰਕਾਰ ਨੇ ਪੰਜਾਬ ਕੇ ਖਿਲਾਫ ਸਟੈਂਡ ਲਿਆ ਹੈ, ਉਸ ਪੇ ਬਹਿਸ ਹੋਣੀ ਥੀ। ਹਮ ਚਾਹਤੇ ਥੇ ਕਿ ਸਬਸੇ ਪਹਿਲੇ ਯੇ ਕਹੋ ਕਿ ਕੇਂਦਰ ਸਰਕਾਰ ਕੇ ਨੇ ਪੰਜਾਬ ਕੋ ਵਿਰੋਧ ਕੀਆ ਹੈ ਔਰ ਹਮ ਉਸਕਾ ਉਸਕੇ ਖਿਲਾਫ ਉਸਕੋ ਖੰਡਨ ਕਰਤੇ ਹੈ ਉਸਕਾ, ਔਰ ਵੋ ਯੇ ਚਾਹਤੇ ਨਹੀਂ ਹੈ। ਉਹਨੇ ਜੋ ਲੇਕਰ ਆਏ ਹੈ ਆਪਣਾ ਪ੍ਰਸਤਾਵ, ਉਸਮੇ ਕੁਛ ਵੀ ਪੰਜਾਬ ਕੇ ਹਿੱਤ ਮੇ ਨਹੀਂ ਹੈ। ਹਮਨੇ ਉਨਕੋ ਏਕ ਅਮੈਂਡਮੈਂਟ ਦੀ ਕਿ ਇਸਕੋ ਪੰਜਾਬ ਕੇ ਹਿੱਤ ਮੇ ਕਰਨੇ ਕੇ ਲੀਏ ਅਮੈਂਡਮੈਂਟ ਕੀ ਜਾਏ ਕਿ ਕੇਂਦਰ ਸਰਕਾਰ ਪੰਜਾਬ ਕੇ ਖਿਲਾਫ ਹੈ, ਹਮ ਉਸਕਾ ਵਿਰੋਧ ਕਰਤੇ ਹੈ। ਕੇਂਦਰ ਸਰਕਾਰ ਕੋ ਚਾਹੀਏ ਕਿ ਪੰਜਾਬ ਕੇ ਹਿੱਤੋਂ ਕੇ ਸਾਥ ਲੜੇ ਖੜੇ, ਔਰ ਸਾਥ ਹੀ ਹਮਨੇ ਇਹ ਕਹਾ ਹੈ ਕਿ ਜਿਤਨੀ ਜ਼ਮੀਨ ਅਕਵਾਇਰ ਕੀ ਗਈ ਹੈ ਉਸਕੋ ਵਾਪਸ ਜ਼ਿਮੀਂਦਾਰੋਂ ਕੋ ਦੇ ਦਿਆ ਜਾਏ। ਲੇਕਿਨ ਇਸ ਬਾਤ ਪੇ ਆਨੇ ਕੋ ਤਿਆਰ ਨਹੀਂ ਹੈ ਸਰਕਾਰ। ਸਰਕਾਰ ਕਭੀ ਨਹੀਂ ਚਾਹਤੀ ਕਿ ਪੰਜਾਬ ਕੇ ਹਿੱਤ ਕੀ ਬਾਤ ਹੋ। ਕਾਂਗਰਸ ਦੇ ਵਾਕਆਊਟ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਬਹਿਸ ਲਈ ਤਿਆਰ ਨੇ, ਪਰ ਵਿਰੋਧੀ ਧਿਰ ਬਹਾਨਾ ਬਣਾ ਕੇ ਭੱਜ ਰਹੀ ਹੈ। ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਕਾਂਗਰਸੀ ਵਿਧਾਇਕ ਇਸ ਕਰਕੇ ਡਰਾਮਾ ਕਰ ਰਹੇ ਨੇ ਕਿਉਂਕਿ ਵਿਧਾਇਕਾਂ ਨੂੰ ਹਾਈਕਮਾਂਡ ਦਾ ਰੌਲਾ ਪਾਉਣ ਦਾ ਹੁਕਮ ਮਿਲਿਆ ਹੋਇਆ। ਸਵਾਲ ਤਾਂ ਹੈ ਕਿ ਅੱਜ ਇਸ ਪਰ ਬਹਿਸ ਹੈ, ਮੇਰਾ ਰੈਜੂਲੇਸ਼ਨ ਹੈ, ਮੇਰਾ ਪਹਿਲੇ ਹੱਕ ਹੈ ਕਿ ਮੈਂ ਬੋਲੂੰ, ਲੇਕਿਨ ਕੋਈ ਬਹਾਨਾ ਢੂੰਡਦੇ ਹਾਂ ਕਿ ਕਿਸ ਤਰ੍ਹਾਂ ਮੈਂ ਬੋਲ ਨਾ ਸਕਾਂ। ਤਾਂ ਮੈਂ ਬਿਲਕੁਲ
इनको कहता हूँ, अपील करता हूँ कि ये पंजाब का मसला है, कोई जाती मसला किसी का नहीं है। अगर ये भागेंगे तो इसका मतलब है कि दे हैव नो इंटरेस्ट इन वाटर। पंजाब के विधानसभा मुख्यमंत्री बादल साहब ने रेजोल्यूशन लेके आए है एस ऑयल कनाल के मुद्दे पर कि पानी पंजाब का पानी एक बूंद साढ़े को एक्स्ट्रा नहीं है। असी सोचते सी कि कांग्रेस आप ये सहमत होगी, पर असली कांग्रेस का चेहरा वो सामने आ गया। सो कांग्रेसी विधायकों वालों लगातार हंगामे करके स्पीकर ने सारे विधायकों एक दिन लई मुअत्तल कर दिता। ब्यूरो रिपोर्ट, फ्री मीडिया। उधर कांग्रेस ने सदन के अंदर तो सरकार नू पानिया के मुद्दे ते घेरन की कोशिश तो की ही, नाल ही बाहर भी रोस प्रदर्शन किया गया। चंडीगढ़ के सैक्टर 15 स्थित कांग्रेस भवन च वड्डी गिनती च यूथ कांग्रेस के वर्कर ते नेता इकट्ठे होए ते विधानसभा घेरन लई कूच कीती, पर बाहर खड़ी वड्डी गिनती च चंडीगढ़ पुलिस ने उन्हां नू घेर लिया। पर कांग्रेसियां ने रोकां नू तोड़ के अगे वधन की कोशिश की, तो पुलिस ने कांग्रेसियां ते लाठीचार्ज ते वाटर कैनन का इस्तेमाल कर खदेड़ दिता। बादल और बादल का जो भाजपा है, इन्होंने गुप्त साजिश के तहत पंजाब का पानी हरियाणा को देना चाहते हैं। यूथ कांग्रेस ही मर जाएंगे लेकिन पानी नहीं जाने देंगे। हम जाएंगे, ये बैरिकेड फांद के जाएंगे, विधानसभा तक जाएंगे और पंजाब का पानी किसी भी कीमत पे हरियाणा को जाने नहीं देंगे। पंजाब सरकार मुर्दाबाद। अबोहर के चर्चित भीम टांग कतल मामले का मुद्दा भी कांग्रेस ने सदन च चुकया ते खूब हंगामा किया। मामले ते बोलदिया सुनील कुमार जाखड़ ने कहा कि सरकार मामले च असल मुलजमान नू बचाना चाहती है, पर कांग्रेस पार्टी अजिहा नहीं होन देवेगी ते इसका डट के विरोध किया जाएगा। उधर सूबे के उप मुख्यमंत्री सुखबीर सिंह बादल ने कहा कि मामले च किसी भी मुलजम नू बख्शा नहीं जाएगा। जब सियां बे कोतवाल तो फिर डरकाएगा, फिर किहड़े ओही थानेदार उहने एफ आई आर कटनी सी नहीं कटे, उहदा लोकां दे दबाव च आ के सरकार ने ना इनकलूड कीते। ते डिप्टी सी एम साहब ते होम मिनिस्टर साहब जो है सुखबीर जी, उहनां दी नीयत इस तों क्लीयर शब हैगी भी ओह बने कल एस एच ओ ने जाके हाई कोर्ट दे विच रिकॉर्ड करवाया अपना बयान भी असीं अज दी तरीक दे विच उस सारे जिहड़े कलप्रिट्स हैगे जिन्हां ने भीम दा कतल कीता है उहनां दे खिलाफ़ चलान अज दायर कर देंगे। ਅਤੇ ਅੱਜ ਜਿਸ ਤਰ੍ਹਾਂ ਬਿਆਨ ਆ ਰਹੇ ਹੈ ਅਤੇ ਸਾਨੂੰ ਪੂਰਾ ਖਦਸ਼ਾ ਹੈ ਵੀ ਸਰਕਾਰ ਨੇ ਉੱਤੋਂ ਇੰਟਰਫੀਅਰ ਕਰਕੇ, ਹੋਮ ਮਿਨਿਸਟਰ ਸਾਹਿਬ ਨੇ ਖੁਦ ਇੰਟਰਫੀਅਰ ਕਰਕੇ ਅਤੇ ਉਹ ਚਲਾਨ ਪੇਸ਼ ਤੋਂ ਰੋਕ ਰਹੇ ਹੈ। ਇਹਦਾ ਕਲੀਅਰ ਕੱਟ ਸੰਦੇਸ਼ ਹੈ ਵੀ ਜਿਹੜੇ ਉਹ ਮੁਲਜ਼ਮ ਹੈਗੇ ਉਹਨਾਂ ਨੂੰ ਬੇਲ ਦਵਾਉਣ ਵਾਸਤੇ, ਜ਼ਮਾਨਤ ਮਿਲਾਉਣ ਵਾਸਤੇ ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ। ਅਸੀਂ ਹਾਈ ਕੋਰਟ ਨੂੰ ਦਰਖਾਸਤ ਕਰਾਂਗੇ ਜਾ ਕੇ, ਵੀ ਵਿਲ ਟੇਕ ਲੀਗਲ ਰਿਕੋਰਸ ਵੀ ਇਹਨਾਂ ਦੇ ਖਿਲਾਫ਼। ਐਗਜੈਕਟਲੀ ਸਾਡਾ ਜਿਹੜਾ ਖਦਸ਼ਾ ਸੀਗਾ ਵੀ ਪੈਸੇ ਅਤੇ ਦਾਰੂ ਦੇ ਤਾਕਤ ਦੇ ਨਾਲ ਸਰਕਾਰ ਵਿਕੀ ਹੋਈ ਹੈ, ਦਲਿਤਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਤੇ ਸਾਨੂੰ ਇਹਦੇ ਤੇ ਇਨਸਾਫ ਨਹੀਂ ਮਿਲ ਰਿਹਾ। ਬੀਜੇਪੀ ਨੇ ਅੰਮ੍ਰਿਤਸਰ ਦੇ ਸਾਬਕਾ ਮੇਅਰ ਸ਼ਵੇਤ ਮਲਿਕ ਨੂੰ ਆਪਣਾ ਰਾਜ ਸਭਾ ਦਾ ਉਮੀਦਵਾਰ ਐਲਾਨਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬੀਜੇਪੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਨੇ ਕਿਹਾ ਕਿ ਸ਼ਵੇਤ ਮਲਿਕ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਪਾਰਟੀ ਉਮੀਦਵਾਰ ਦੇ ਤੌਰ ਤੇ ਆਪਣੇ ਕਾਗਜ਼ ਦਾਖਲ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਫਵਾਹਾਂ ਦਾ ਬਾਜ਼ਾਰ ਇਹ ਗਰਮ ਸੀ ਕਿ ਪਾਰਟੀ ਨਵਜੋਤ ਸਿੰਘ ਸਿੱਧੂ ਦਾ ਗੁੱਸਾ ਠੰਡਾ ਕਰਨ ਲਈ ਉਹਨਾਂ ਨੂੰ ਰਾਜ ਸਭਾ ਭੇਜ ਸਕਦੀ ਹੈ। ਪੰਜਾਬ ਕੀ ਰਾਜ ਸਭਾ ਕੀ ਸੀਟ ਸ਼੍ਰੀ ਸ਼ਵੇਤ ਮਲਿਕ ਜੋ ਪੂਰਵ ਮੇਅਰ ਹੈ ਪੰਜਾਬ ਕੇ, ਸੋ ਉਨਕੋ ਨੋਮੀਨੇਟ ਕੀਆ ਹੈ, ਉਮੀਦਵਾਰ ਬਣਾਇਆ ਹੈ ਹਮਾਰੇ ਕੇਂਦਰੀ ਨੇਤ੍ਰਤਵ ਨੇ ਭਾਰਤੀ ਜਨਤਾ ਪਾਰਟੀ ਕੇ ਰਾਸ਼ਟਰੀ ਅਧਿਕਸ਼ੀ ਨੇ, ਸੋ ਕੱਲ ਨੋਮੀਨੇਸ਼ਨ ਪੇਪਰਸ ਜੋ ਹੈ ਦਾਖਲ ਕਰੇਂਗੇ।
ਉਧਰ ਪੰਜਾਬ ਕਾਂਗਰਸ ਨੇ ਹੰਸਰਾਜ ਹੰਸ ਨੂੰ ਰਾਜ ਸਭਾ ਭੇਜਣ ਮਾਮਲੇ ਤੇ ਆਪਣਾ ਫੈਸਲਾ ਬਦਲ ਲਿਆ ਹੈ। ਹੁਣ ਹੰਸਰਾਜ ਹੰਸ ਦੀ ਥਾਂ ਤੇ ਸ਼ਮਸ਼ੇਰ ਸਿੰਘ ਦੁੱਲੋ ਦੇ ਨਾਂ ਤੇ ਪਾਰਟੀ ਨੇ ਮੋਹਰ ਲਗਾ ਦਿੱਤੀ ਹੈ। ਸ਼ਮਸ਼ੇਰ ਸਿੰਘ ਦੁੱਲੋ ਹੰਸਰਾਜ ਹੰਸ ਦੇ ਵਿਰੋਧੀ ਮੰਨੇ ਜਾਂਦੇ ਸਨ। ਇਸੇ ਕਾਰਨ ਸ਼ਮਸ਼ੇਰ ਸਿੰਘ ਦੁੱਲੋ ਦੀ ਗੱਲ ਸੁਣਨ ਲਈ ਹਾਈ ਕਮਾਨ ਨੇ ਉਹਨਾਂ ਨੂੰ ਦਿੱਲੀ ਤਲਬ ਕੀਤਾ ਸੀ, ਜਿਸ ਉਪਰੰਤ ਵੀਰਵਾਰ ਪਾਰਟੀ ਨੇ ਦੁੱਲੋ ਨੂੰ ਦਿੱਲੀ ਸੱਦ ਕੇ ਹੰਸਰਾਜ ਹੰਸ ਦੀ ਥਾਂ ਉਹਨਾਂ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ। ਉਧਰ ਚੰਡੀਗੜ੍ਹ 'ਚ ਰਾਤੋ ਰਾਤ ਪ੍ਰਸ਼ਾਸਨ ਨੇ ਸਲਾਹਕਾਰ ਵਿਜੇ ਦੇਵ ਦਾ ਤਬਾਦਲਾ ਕਰ ਦਿੱਤਾ ਹੈ, ਜਿਸ ਕਾਰਨ ਯੂਟੀ ਦੇ ਇਮਾਨਦਾਰ ਅਫਸਰਾਂ ਤੇ ਸ਼ਹਿਰ ਦੇ ਜਾਗਰੂਕ ਨਾਗਰਿਕਾਂ 'ਚ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਸੈਕਟਰ 17 ਪਲਾਜ਼ਾ ਦੇ ਦੁਕਾਨਦਾਰਾਂ ਨੇ ਵਿਜੇ ਦੇਵ ਦਾ ਤਬਾਦਲਾ ਰੁਕਵਾਉਣ ਲਈ ਰੋਸ ਮੁਜ਼ਾਹਰਾ ਵੀ ਕੀਤਾ ਤੇ ਇਲਜ਼ਾਮ ਲਗਾਏ ਕਿ ਵਿਜੇ ਦੇਵ ਨੂੰ ਸਿਆਸਤ ਦਾ ਸ਼ਿਕਾਰ ਬਣਾਇਆ ਗਿਆ ਹੈ। ये जी, जैसा कि आप जानते हैं एडवाइजर श्री विजय देव जी, उनका एकदम से ट्रांसफर ऑर्डर्स आ गए, जो कि मतलब ऑल ऑफ अ सडन पूरे चंडीगढ़ वालों के लिए एक शॉक है, बहुत बड़ा शॉक है। बिना किसी बात के, जो जबकि वो इतना अच्छा काम कर रहे थे, पूरी जो आम जनता है उनके लिए बहुत ही ज़्यादा अप्रोचेबल थे। पहला एक ऐसा एडवाइज़र है जिसको आम बंदा भी आराम से मिल सकता था, बिना किसी हिचकिचाहट के वो मिलते थे और उनके काम करते थे। और पिछले 1.5 सालों में उन्होंने बहुत अच्छा काम किया है चंडीगढ़ में, आप देख ही रहे हैं। इवन कि जो छोटे छोटे काम, जैसे कि साइकिलिंग का उन्होंने इनिशिएटिव लिया है, ग्रीन चंडीगढ़ ग्रीन बनाने के लिए उन्होंने जो इनिशिएटिव लिया है, और भी बहुत काम किया है चंडीगढ़ के लिए। शायद यही कहेंगे हम तो। वीरवार बरनाला च 11 ट्रेड यूनियना देश व्यापारी हड़ताल दे सद्दे ते समूह मुलाजमा ਕਿਸਾਨ ਮਜ਼ਦੂਰਾਂ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਸਥਾਨਕ ਕਚਹਿਰੀ ਚੌਂਕ ਚੱਕਾ ਜਾਮ ਕੀਤਾ ਤੇ ਪੰਜਾਬ ਦੇ ਕੇਂਦਰ ਸਰਕਾਰ ਖਿਲਾਫ਼ ਜਾਮ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਇਸ ਰੋਸ ਪ੍ਰਦਰਸ਼ਨ ਤੇ ਹੜਤਾਲ ਨੂੰ ਸਫਲ ਬਣਾਉਣ 'ਚ ਵੱਡੀ ਗਿਣਤੀ 'ਚ ਲੋਕਾਂ ਤੇ ਮਜ਼ਦੂਰ ਔਰਤਾਂ ਨੇ ਭਾਗ ਲਿਆ। ਇਸ ਮੌਕੇ ਮਜ਼ਦੂਰਾਂ ਤੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਲੋਕ ਪੰਜਾਬ ਦੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਲਾਮਬੰਦ ਹੋ ਰਹੇ ਨੇ। ਮੁਲਕ ਦਾ ਹਰ ਇੱਕ ਵਰਗ ਇਸ 'ਚ ਸ਼ਾਮਿਲ ਹੈ। ਉਹਨਾਂ ਕਿਹਾ ਕਿ ਮਲਟੀਨੈਸ਼ਨਲ ਕੰਪਨੀਆਂ ਦਾ ਹੱਲ ਜੋ ਆਮ ਲੋਕਾਂ ਨੂੰ ਦੱਬਣ ਲਈ ਕੀਤਾ ਜਾ ਰਿਹਾ ਹੈ ਤੇ ਲੋਕ ਉਸ ਦੇ ਬਾਰੇ ਸੁਚੇਤ ਹੋ ਗਏ ਨੇ। ਇਹ ਸਾਡਾ ਜਾਮ ਲਾਉਣ ਜਿਹੜਾ ਮਨੋਰਥ ਹੈਗਾ, ਉਹ ਜਿਹੜਾ ਕੇਂਦਰ ਦੀ ਤੇ ਪੰਜਾਬ ਦੀ ਸਰਕਾਰ ਆ ਜਿਹੜੀ, ਇੱਕ ਤਾਂ ਸਾਫ਼ ਆ ਵੀ ਉਹ ਲੋਕ ਵਿਰੋਧੀ ਸਾਬਤ ਹੋ ਚੁੱਕੀਆਂ ਨੇ। ਕੇਂਦਰ ਸਰਕਾਰ ਨੇ ਜਿਹੜਾ ਕਿਰਤ ਕਾਨੂੰਨਾਂ ਦੇ ਵਿੱਚ ਸੋਧਾਂ ਦਾ ਇੱਕ ਸਿਲਸਿਲਾ ਜਾਰੀ ਕੀਤਾ ਹੈਗਾ, ਅਸੀਂ ਉਹਦਾ ਪੂਰਨੀ ਨਿਖੇਧੀ ਕਰਦੇ ਹਾਂ ਔਰ ਅਸੀਂ ਕਹਿੰਦੇ ਵੀ ਤੁਰੰਤ ਉਹ ਵਾਪਸ ਲਵੇ ਔਰ ਘੱਟੋ ਘੱਟ ਜਿਹੜੀ ਉਜਰਤ ਆ ਗਈ, ਜਿਹੜੀ ਮਿਨੀਮਮ ਵੇਜ ਆ ਕਿਰਤੀ ਲੋਕਾਂ ਲਈ, ਉਹ ਮਿਨੀਮਮ ਵੇਜ, ਸਾਡੀ ਮੰਗ ਆ ਵੀ ਘੱਟੋ ਘੱਟ 20,000 ਰੁਪਇਆ ਪ੍ਰਤੀ ਮਹੀਨਾ ਕੀਤੀ ਜਾਵੇ। ਜਿਹੜਾ ਨਰੇਗਾ ਦਾ ਵਰਕਰ ਦਾ ਜਿਹੜਾ ਕੰਮ ਹੈ ਉਹਨੂੰ 100 ਦਿਨ ਪੂਰਾ ਦਿੱਤਾ ਜਾਵੇ ਅਤੇ ਘੱਟੋ ਘੱਟ ਦਿਹਾੜੀ ਸਾਡੀ 500 ਰੁਪਇਆ, ਪਰ ਜੇ ਹਰਿਆਣੇ ਦੇ ਵਿੱਚ 288 ਮਿਲ ਸਕਦੇ ਆ, ਸਾਨੂੰ ਇੱਥੇ 210 ਕਿਉਂ? ਸਾਨੂੰ ਵੀ ਹਰਿਆਣੇ ਜਿੰਨੀ ਦਿਹਾੜੀ ਮਿਲਣੀ ਚਾਹੀਦੀ ਆ। ਕੰਮ ਵਾਲੀ ਥਾਂ 'ਤੇ ਸਹੂਲਤਾਂ ਹੋਣੀਆਂ ਚਾਹੀਦੀਆਂ, ਦਵਾਈ ਦਾ ਪ੍ਰਬੰਧ ਹੋਣਾ ਚਾਹੀਦਾ, ਪਾਣੀ ਦਾ, ਛਾਂ ਦਾ ਪ੍ਰਬੰਧ, ਛੋਟੇ ਬੱਚਿਆਂ ਨੂੰ ਸਾਂਭਣ ਵਾਸਤੇ ਕੋਈ ਬੱਚੀਆਂ ਲਾਈਆਂ ਜਾਣੀਆਂ ਚਾਹੀਦੀਆਂ। ਭਾਰਤੀ ਹਾਕੀ ਕਪਤਾਨ ਸਰਦਾਰਾ ਸਿੰਘ ਦੀ ਮੰਗੇਤਰ ਹੋਣ ਦਾ ਦਾਅਵਾ ਕਰਨ ਵਾਲੀ ਅਰਸ਼ਦੀਪ ਕੌਰ ਵੀਰਵਾਰ ਜਲੰਧਰ 'ਚ ਵੱਡਾ ਖੁਲਾਸਾ ਕੀਤਾ ਹੈ। ਅਰਸ਼ਦੀਪ ਕੌਰ ਨੇ ਮੀਡੀਆ ਨੂੰ ਸਰਦਾਰ ਦੇ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਉਣ ਦੀ ਤਸਵੀਰ ਦਿਖਾਈ। ਤਸਵੀਰ 'ਚ ਸਰਦਾਰਾ ਸਿੰਘ ਅਰਸ਼ਦੀਪ ਕੌਰ ਨੂੰ ਪਾਣੀ ਪਿਲਾ ਕੇ ਵਰਤ ਤੋੜਦੇ ਹੋਏ ਦਿਖਾਈ ਦੇ ਰਹੇ ਨੇ। ਦੱਸ ਦਈਏ ਕਿ ਸਰਦਾਰ ਸਿੰਘ 'ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗੇ ਸਨ ਤੇ ਉਹਨਾਂ ਨੇ ਅਰਸ਼ਦੀਪ ਕੌਰ ਨੂੰ ਸਿਰਫ ਆਪਣੀ ਦੋਸਤ ਦੱਸਿਆ ਸੀ। ਪ੍ਰੈਸ ਕਾਨਫਰੰਸ ਦੌਰਾਨ ਅਰਸ਼ਦੀਪ ਕੌਰ ਨੇ ਦੱਸਿਆ ਕਿ ਸਾਲ 2012 'ਚ ਇਹਨਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ ਤੇ ਸਾਲ 2014 ਵਿੱਚ ਦੋਵਾਂ ਦੀ ਮੰਗਣੀ ਹੋਈ ਸੀ, ਪਰ ਦੋਵਾਂ ਦਾ ਅਜੇ ਤੱਕ ਵਿਆਹ ਨਹੀਂ ਹੋਇਆ। ਅਰਸ਼ਦੀਪ ਕੌਰ ਨੇ ਇਲਜ਼ਾਮ ਲਗਾਇਆ ਕਿ ਸਰਦਾਰ ਸਿੰਘ ਨੇ ਵਿਆਹ ਦਾ ਝਾਂਸਾ ਦੇ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਅਰਸ਼ਦੀਪ ਕੌਰ ਲੁਧਿਆਣਾ ਪੁਲਿਸ ਦੀ
ਢਿੱਲੀ ਕਾਰਗੁਜ਼ਾਰੀ ਤੋਂ ਵੀ ਕਾਫੀ ਨਾਰਾਜ਼ ਨਜ਼ਰ ਆਈ। ਦੋ ਹਜ਼ਾਰ 2014 ਦੇ ਵਿੱਚ ਸਾਡੀ ਮੰਗਣੀ ਹੋਈ ਹੈ, ਉਸ ਤੋਂ ਬਾਅਦ 2015 ਸਾਡੀ ਥੋੜ੍ਹੀ ਗੜਬੜ ਹੋ ਗਈ ਸੀਗੀ। FIR ਹਾਲੇ ਹੋਈ ਨਹੀਂ, ਮੈਂ ਕੱਲ੍ਹ ਪੇਸ਼ ਕੀਤਾ ਲੁਧਿਆਣਾ NRI ਥਾਣੇ 'ਚ SIT ਟੀਮ ਦੇ ਮੂਹਰੇ। ਐਂਡ ਜੋ ਵੀ ਮੇਰੇ ਬਿਆਨ 'ਚ ਮੈਂ ਪਹਿਲਾਂ ਲਿਖਿਆ ਸੀ ਉਹਦੇ ਉੱਤੇ ਮੈਂ ਸਟੈਂਡ ਹਾਂ, ਤਾਂ ਉਹਨਾਂ ਦਾ ਸਾਰੇ ਐਵੀਡੈਂਸ ਮੈਂ ਵੀ ਪ੍ਰੋਵਾਈਡ ਕੀਤੇ ਆ। ਕਰਵਾ ਚੌਥ ਦੀ ਫੋਟੋਆਂ ਵੀ ਮੈਂ ਨਾਲ ਐਵੀਡੈਂਸ ਦੇ ਵਿੱਚ ਦਿੱਤੀਆਂ। ਜੋ ਉਹਨਾਂ ਨੇ ਮੈਨੂੰ ਮੇਰੇ ਕੋਲ ਮੰਗਵਾਈਆਂ ਉਹ ਵੀ ਸਾਰਾ ਕੁਛ ਮੈਂ ਦੇ ਦਿੱਤਾ। ਜਿੰਨਾ ਮੈਨੂੰ ਪਤਾ ਸਿਸਟਮ ਮੈਂ ਚੱਲ ਰਿਹਾ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਹੁਣ ਡੇਢ ਮਹੀਨੇ ਤਾਂ ਹੋ ਗਿਆ, 30 ਦਿਨ ਤਾਂ ਹੋ ਚੁੱਕਿਆ ਟੱਪ ਗਏ ਨੇ, ਤਾਂ FIR ਤਾਂ ਹੋਣੀ ਚਾਹੀਦੀ ਹੈ, ਬਣਦਾ ਹੀ ਜ਼ਰੂਰ ਬਣਦਾ, ਤਾਂ ਹੁਣ ਦੇਖਦੇ ਹਾਂ 2-3 ਦਿਨ ਦੇ ਵਿੱਚ ਹੁੰਦਾ ਕੀ ਹੈ, ਜੇ ਨਹੀਂ ਫਿਰ ਮੈਂ ਨੈਕਸਟ ਸਟੈਪ ਜ਼ਰੂਰ ਲਾਊਂਗੀ। ਮੇਰੇ ਵਕੀਲ ਦੇ ਨਾਲ ਮੈਂ ਗੱਲ ਕਰੂੰਗੀ, ਤਾਂ ਨੈਕਸਟ ਸਟੈਪ ਲੱਗਦਾ ਮੈਨੂੰ ਕੋਰਟ 'ਤੇ ਮੈਨੂੰ ਜਾਣਾ ਪਊਗਾ। ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲਾ ਕਰਨ ਵਾਲੇ ਅੱਤਵਾਦੀਆਂ ਦੀਆਂ ਲਾਸ਼ਾਂ ਇਨ੍ਹੇ ਦਿਨੀ ਸਿਵਲ ਹਸਪਤਾਲ ਪ੍ਰਸ਼ਾਸਨ ਲਈ ਸਿਰਦਰਦੀ ਬਣੀਆਂ ਹੋਈਆਂ ਨੇ। ਹਸਪਤਾਲ ਦੇ SMO ਨੇ ਕਿਹਾ ਕਿ ਹਸਪਤਾਲ ਇੰਨਾ ਵੱਡਾ ਨਹੀਂ ਹੈ ਕਿ ਲਾਸ਼ਾਂ ਨੂੰ ਜ਼ਿਆਦਾ ਸਮੇਂ ਲਈ ਰੱਖਿਆ ਜਾ ਸਕੇ, ਸੋ ਉਹਨਾਂ ਨੇ ਸਰਕਾਰ ਨੂੰ ਛੇਤੀ ਤੋਂ ਛੇਤੀ ਅੱਤਵਾਦੀਆਂ ਦੀਆਂ ਲਾਸ਼ਾਂ ਚੁੱਕਣ ਦੀ ਅਪੀਲ ਕੀਤੀ ਹੈ। ਇਸ ਬਾਰੇ ਜਦੋਂ DC ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੀ NIA ਦੀ ਟੀਮ ਦੇ ਹੁਕਮਾਂ ਦੀ ਉਡੀਕ ਕਰ ਰਹੇ ਨੇ। ਜਿਵੇਂ ਹੀ ਕੋਈ ਹੁਕਮ ਆਉਂਦਾ ਉਸੇ ਤਰ੍ਹਾਂ ਲਾਸ਼ਾਂ ਨੂੰ ਹਸਪਤਾਲ 'ਚੋਂ ਚੁਕਵਾ ਦਿੱਤਾ ਜਾਏਗਾ। 4 ਆਤੰਕਵਾਦੀਆਂ ਕੀ ਮ੍ਰਿਤਕ ਦੇ ਸਿਵਲ ਹਸਪਤਾਲ ਪਠਾਨਕੋਟ ਕੇ ਮੋਰਚਰੀ ਵਿਭਾਗ ਮੇ ਪੜੀ ਹੈ। ਹਮਾਰਾ ਕੇਵਲ ਇਤਨਾ ਹੈ ਕਿ ਇਨ ਡੈਡ ਬਾਡੀਜ਼ ਕੋ ਕਿਸੀ ਵੀ ਮੈਡੀਕਲ ਕਾਲਜ ਮੇ ਯਾ ਕਿਸੀ ਔਰ ਜਗ੍ਹਾ ਪਰ ਸਥਾਨਾਂਤਰਿਤ ਕਰਾ ਦਿਆ ਜਾਏ, ਜਹਾਂ ਪਰ ਕਿ ਸਪੇਸ ਅਧਿਕ ਹੋ। ਹਮਾਰਾ ਹਸਪਤਾਲ ਛੋਟਾ ਸਾ ਹਸਪਤਾਲ ਹੈ, ਹਮਾਰੇ ਮੋਰਚਰੀ ਵਿਭਾਗ ਮੇ ਮ੍ਰਿਤਕ ਦੇਹ ਕੋ ਰੱਖਣੇ ਕੀ ਕਸ਼ਮਤਾ ਕੇਵਲ 4 ਕੀ ਹੈ। ਤੋ 4 ਹੀ ਆਤੰਕਵਾਦੀਓ ਕੀ ਮ੍ਰਿਤਕ ਦੇਹ ਯਹਾਂ ਪਰ ਪੜੀ ਹੈ, ਤੋ ਉਸਸੇ ਯਦੀ ਕੋਈ ਦੁਰਘਟਨਾ ਕਿਸੀ ਸਮੇਂ ਹਮਾਰੇ ਕਿਸੇ ਪ੍ਰਿਯਜਨ ਕੇ ਸਾਥ ਹੋ ਜਾਏ ਪਠਾਨਕੋਟ ਕੇ ਅੰਦਰ, ਤੋ ਹਮ ਉਨਕੀ ਮ੍ਰਿਤਕ ਦੇਹ ਕੋ ਕਹਾਂ ਪਰ ਰੱਖੇਂਗੇ। ਸਿਵਲ ਸਰਵਨ ਕੀ ਤਰਫ ਸੇ ਇੱਕ ਲੈਟਰ ਆਈ ਥੀ, ਉਸਕੋ ਮੈਨੇ ਜੋ ਹੈ SSP ਸਾਹਿਬ ਕੋ ਮਾਰਕ ਕੀਆ ਥਾ ਔਰ ਕਹਾ ਥਾ ਵਰਬਲੀ ਕੋ ਡਾਇਰੈਕਸ਼ਨ ਦੀਆ ਹੈ ਕਿ ਜੋ ਹੈ ਉਸਕੀ ਜੋ ਹੈ SOP ਪਤਾ ਕੀ ਜਾਏ ਕਿ ਕੈਸੇ ਇਸਕੋ ਹਟਾਇਆ ਜਾਤਾ ਹੈ। NIA ਕੇ ਸਾਥ ਵੋ ਟੱਚ ਮੇ ਹੈ ਔਰ ਅਭੀ ਉਸਕੋ ਜੋ ਹੈ ਉਨਕਾ ਜੋ ਹੈ ਪ੍ਰੋਸੀਜਰ ਜੋ ਹੈ, ਕਿਉਂਕਿ ਪਹਿਲੀ ਵਾਰ ਘਟਨਾ ਹੋਈ ਹੈ ਯਹਾਂ ਪੇ, ਮਤਲਬ ਇੱਕ ਤਰ੍ਹਾਂ ਸੇ ਕਹਿ ਸਕਤੇ ਹੈ ਕਿ ਜਿਸਕੋ ਸੈਂਟਰ ਨੇ ਹੈਂਡਲ ਕੀਆ ਹੈ, ਤੋ ਉਨਕਾ ਪ੍ਰੋਸੀਜਰ ਅਲੱਗ ਹੋਤਾ ਹੈ ਕੁਛ, ਤੋ ਉਹ ਪ੍ਰੋਸੀਜਰ ਪਤਾ ਕਰਤੇ ਹੈ, ਕਿਉਂਕਿ ਬਾਕੀ ਜਗ੍ਹਾ ਪੇ ਜਹਾਂ ਪੇ ਇਸ ਤਰ੍ਹਾਂ ਕੀ ਘਟਨਾ ਹੋਈ ਹੈ ਤੋ ਵਹਾਂ ਪੇ ਡੈਡ ਬਾਡੀ ਕੇ ਸਾਥ ਵੋ ਕਿਆ ਕਰਤੇ ਹੈ, ਤੋ ਅਗਰ ਪਤਾ ਜੈਸੇ ਹੀ ਪਤਾ ਚਲਤਾ ਹੈ ਫਿਰ ਹਮ ਉਸਕੋ ਮੂਵ ਕਰ ਦੇਂਗੇ ਉਸਕੇ ਲੀਏ ਜੈਸਾ ਵੀ ਹਮੇ ਮਤਲਬ ਆਏਗਾ ਉਪਰ ਸੇ ਇਨਸਟ੍ਰਕਸ਼ਨਸ। ਵਿਜੇ ਮਾਲਿਆ ਦੇ ਵਿਦੇਸ਼ ਭੱਜਣ ਤੋਂ ਬਾਅਦ ਸੰਸਦ 'ਚ ਵੀਰਵਾਰ ਨੂੰ ਖੂਬ ਹੰਗਾਮਾ ਹੋਇਆ। ਸੰਸਦ 'ਚ ਵਿਜੇ ਮਾਲਿਆ ਦੇ ਮਾਮਲੇ ਤੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਬੈਂਕ ਆਪਣਾ ਪੈਸਾ ਵਸੂਲਣ ਲਈ ਸੰਭਵ ਕਦਮ ਚੁੱਕ ਸਕਦੇ ਨੇ। ਉਹਨਾਂ ਬੈਂਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਤਰਫੋਂ ਉਹਨਾਂ ਨੂੰ ਪੂਰੀ ਖੁੱਲ੍ਹ ਹੈ। ਅਰੁਣ ਜੇਟਲੀ ਨੇ ਕਿਹਾ ਕਿ ਵਿਜੇ ਮਾਲਿਆ ਮਾਮਲੇ ਦੀ CBI ਜਾਂਚ ਕਰ ਰਹੀ ਹੈ। ਦੱਸ ਦਈਏ ਮਾਲਿਆ ਤੇ 1000 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਦੇਸ਼ ਭਰ 'ਚ ਵਿਜੇ ਮਾਲਿਆ ਖਿਲਾਫ਼ ਕੇਸ ਵੀ ਦਰਜ ਹੋ ਚੁੱਕੇ ਨੇ। ਵਿਜੇ ਮਾਲਿਆ ਉਸ ਸਮੇਂ ਦੇਸ਼ ਛੱਡ ਕੇ ਭੱਜੇ ਨੇ ਜਦੋਂ CBI ਨੇ ਉਹਨਾਂ ਦੇ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰ ਰੱਖਿਆ। The accounts were declared as non-performing accounts on 30th of April 2009. Thereafter, notwithstanding the fact that they had been declared non-performing accounts in 2009, a restructuring was done on 21st of December 2010.
So these dates speak for themselves. Today, and the I'm just giving the total amount with interest. As on 30th of November 2015, that's 4 months ago, along with all interests compounded, the total amount due is to the tune of rupees 9,091.40 crores. Now the banks and their consortiums have all started taking active action against them. Attachment orders have been passed by several courts, assets are being attached, and banks have even moved the Supreme Court with regard to restraining this movement, etc. And I can only tell this House that the banks would go on to recover the entire amount which is due to them. There are some accounts for which there are securities. I have the details of all those amounts. ਵਿਜੇ ਮਾਲਿਆ ਮਾਮਲੇ ਤੇ ਕਾਂਗਰਸ ਨੇ ਸਰਕਾਰ ਨੂੰ ਘੇਰਦਿਆਂ ਕਈ ਸਵਾਲ ਖੜੇ ਕੀਤੇ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਿਵੇਂ ਇੱਕ ਆਦਮੀ 9000 ਕਰੋੜ ਚੋਰੀ ਕਰਕੇ ਦੇਸ਼ ਚੋਂ ਬਾਹਰ ਭੱਜ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮੁੱਦੇ ਤੇ ਨਾ ਤਾਂ ਪੀਐਮ ਮੋਦੀ ਬੋਲ ਰਹੇ ਨੇ ਅਤੇ ਨਾ ਹੀ ਅਰੁਣ ਜੇਟਲੀ ਕੋਈ ਜਵਾਬ ਦੇ ਰਹੇ ਨੇ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਪੀਐਮ ਮੋਦੀ ਤੇ ਘੁਮਾ ਕੇ ਜਵਾਬ ਦੇਣ ਦੇ ਇਲਜ਼ਾਮ ਵੀ ਲਗਾਏ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੀਐਮ ਸੰਸਦ ਦੇ ਦੋਹਾਂ ਸਦਨਾਂ 'ਚ ਬੋਲੇ ਪਰ ਉਹਨਾਂ ਨੇ ਫੇਅਰ ਐਂਡ ਲਵਲੀ ਯੋਜਨਾ ਤੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਕਾਂਗਰਸ ਉਪ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਰਕਾਰ ਉਹਨਾਂ ਨੂੰ ਸੰਸਦ 'ਚ ਬੋਲਣ ਤੋਂ ਰੋਕ ਰਹੀ ਹੈ। ਪ੍ਰਧਾਨ ਮੰਤਰੀ ਬਣਨੇ ਸੇ ਪਹਿਲੇ ਵਾਅਦਾ ਕੀਆ ਥਾ 15 ਲੱਖ ਰੁਪਏ ਮੈਂ ਹਰੇਕ ਬੈਂਕ ਅਕਾਊਂਟ ਮੇਂ ਡਾਲੂੰਗਾ, ਇੱਕ ਰੁਪਿਆ ਨਹੀਂ ਮਿਲਾ ਔਰ 9000 ਕਰੋੜ ਰੁਪਏ ਉਠਾ ਕਰ ਮਾਲਿਆ ਜੀ ਭਾਗ ਗਏ ਯਹਾਂ ਸੇ। ਅਭੀ ਹਮਨੇ ਜੇਟਲੀ ਜੀ ਸੇ ਪੂਛਾ, ਕਲੀਅਰ ਸਵਾਲ ਪੂਛਾ, ਜੇਟਲੀ ਜੀ ਆਪ ਹਮੇ ਬਤਾਈਏ ਮਾਲਿਆ ਜੀ ਹਿੰਦੁਸਤਾਨ ਸੇ ਭਾਗ ਕੇ ਕੈਸੇ ਨਿਕਲੇ, ਅਗਰ ਉਨਕੇ ਉੱਪਰ ਕਾਰਵਾਈ ਹੋ ਰਹੀ ਹੈ, ਅਗਰ ਉਨਕੇ ਉੱਪਰ ਨੋਟਿਸ ਹੈ, ਲੁਕਆਊਟ ਨੋਟਿਸ ਹੈ, ਤਾਂ ਉਹ ਰਾਜ ਸਭਾ ਮੇਂ ਕਿਆ ਕਰ ਰਹੇ ਹੈ? ਦੇਸ਼ ਸੇ ਨਿਕਲ ਕੇ ਮਾਲਿਆ ਜੀ ਚਲੇ ਗਏ। ਇਸ ਸਵਾਲ ਕਾ ਜਵਾਬ ਜੇਟਲੀ ਜੀ ਨੇ ਨਹੀਂ ਦਿਆ, ਲੰਬਾ ਭਾਸ਼ਣ ਦਿਆ ਕਿ ਯੇ ਹੁਆ ਵੋ ਹੁਆ ਵੋ ਹੁਆ ਵੋ ਹੁਆ। ਸਵਾਲ ਯੇ ਥਾ ਕਿ ਇਹ ਜੋ ਭਾਗੇ ਹੈ ਇਨਕੋ ਆਪਕੀ ਸਰਕਾਰ ਨੇ ਭਾਗਨੇ ਕਿਉਂ ਦਿਆ? 9000 ਕਰੋੜ ਰੁਪਏ ਜਿਨ੍ਹੋਂਨੇ ਸਰਕਾਰ ਸੇ ਚੋਰੀ ਕੀਏ ਹੈ ਉਨਕੋ ਆਪਨੇ ਨਿਕਲਨੇ ਕਿਉਂ ਦਿਆ? ਇਸਕਾ ਜਵਾਬ ਕੋਈ ਨਹੀਂ ਆਇਆ। ਉਧਰ ਵਿਜੇ ਮਾਲਿਆ ਦੇ ਦੇਸ਼ ਛੱਡਣ ਦੇ ਮਾਮਲੇ ਤੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਰਾਹੁਲ ਗਾਂਧੀ ਦੇ ਸਵਾਲਾਂ ਦਾ ਵੀ ਜਵਾਬ ਦਿੱਤਾ। ਅਰੁਣ ਜੇਟਲੀ ਨੇ ਕਿਹਾ ਕਿ ਰਾਹੁਲ ਗਾਂਧੀ ਯਾਦ ਰੱਖਣ ਕਿ ਵਿਜੇ ਮਾਲਿਆ ਤੇ ਓਤਾਵੀਓ ਕੁਆਤਰੋਚੀ ਦੇ ਦੇਸ਼ ਚੋਂ ਬਾਹਰ ਜਾਣ 'ਚ ਅੰਤਰ ਹੈ। ਜੇਟਲੀ ਨੇ ਕਿਹਾ ਕਿ ਵਿਜੇ ਮਾਲਿਆ ਖਿਲਾਫ ਤਾਂ ਕੋਈ ਰੋਕ ਨਹੀਂ ਸੀ, ਉਹਨਾਂ ਕਿਹਾ ਪਰ ਕੁਆਤਰੋਚੀ ਤੇ ਕ੍ਰਿਮੀਨਲ ਕੇਸ ਸੀ, ਫਿਰ ਵੀ ਕੁਆਤਰੋਚੀ ਨੂੰ ਕਾਂਗਰਸ ਨੇ ਦੇਸ਼ 'ਚੋਂ ਬਾਹਰ ਜਾਣ ਦਿੱਤਾ ਸੀ। ਜੇਟਲੀ ਨੇ ਕਿਹਾ ਕਿ ਵਿਜੇ ਮਾਲਿਆ ਦੇ ਦੇਸ਼ 'ਚੋਂ ਬਾਹਰ ਜਾਣ ਸਮੇਂ ਬੈਂਕਾਂ ਨੇ ਉਹਨਾਂ ਖਿਲਾਫ ਕਾਰਵਾਈ ਸ਼ੁਰੂ ਨਹੀਂ ਕੀਤੀ ਸੀ ਪਰ ਕੁਆਤਰੋਚੀ ਨੂੰ ਰੋਕਣ ਦੇ ਆਦੇਸ਼ ਸਨ ਅਤੇ ਉਹ ਫਿਰ ਵੀ ਦੇਸ਼ 'ਚੋਂ ਬਾਹਰ ਚਲੇ ਗਏ ਸੀ। लेकिन राहुल जी ये याद रखें कि माल्या का बाहर जाना और कोत्रोची का बाहर जाना दोनों में एक मूल अंतर था और उनको मैं अंतर समझा दूं कि जब स्विट्जरलैंड के अधिकारियों ने इत्तला की कि बोफोर्स के बेनिफिशरीज में कोत्रोची भी हैं और जो सीबीआई की इन्वेस्टिगेशन हेड कर रहे थे पहले के माधवन, उन्होंने उसी वक्त पत्र लिखा कि इनका पासपोर्ट इम्पाउंड कर लिया जाए, तो उनको रोका नहीं था उस वक्त की सरकार ने और दो दिन में वो भारत छोड़ गए थे। वो क्रिमिनल केस था, यहां तो जिस दिन उन्होंने छोड़ा उस दिन
अभी कानूनी प्रक्रिया आरंभ नहीं की थी बैंक्स ने। लोकसभा इशरत जहां मामले ते बयान दिंदे हुए गृह मंत्री राजनाथ सिंह ने कहा है कि सारी दुनिया अतवाद तो प्रभावित है। उन्होंने कहा कि मामले ते सियासत नहीं होनी चाहिए। गृह मंत्री राजनाथ सिंह ने कांग्रेस से इल्जाम लाते कहा कि पिछली सरकार ने इस मामले च गड़बड़ियां कीतियां ने। उन्होंने कहा कि कांग्रेस ने हलफनामा बदलिया ते तत्कालीन मुख्यमंत्री नरेंद्र मोदी नूं फसाउण दी कोशिश कीती सी। राजनाथ ने कहा कि हेडली ने जो कहा है उस नाल इशरत दे अतवादी होण दे स्पष्ट संकेत ने। ही कहना चाहता हूं कि अध्यक्ष महोदय, आतंकवाद से केवल भारत देश ही ग्रस्त नहीं है, बल्कि भारत आतंकवाद से सारा विश्व इस समय प्रभावित है। इसलिए कभी भी आतंकवाद जैसे मुद्दे पर अध्यक्ष महोदय राजनीति नहीं होनी चाहिए, यह हमारा मानना है। लेकिन जहां तक इशरत जहां केस का संबंध है, मैं तो यह मानकर चलता हूं कि चाहे इशरत जहां केस का प्रश्न हो अथवा अन्य कोई दूसरा इस प्रकार का आतंकवाद से जुड़ा हुआ यदि कोई प्रश्न हो, उस पर किसी भी सरकार के द्वारा कोई फ्लिप फ्लॉप नहीं होनी चाहिए। लेकिन मैं दुख के साथ कहना चाहता हूं कि इशरत जहां केस के मामले में पिछली सरकार के द्वारा फ्लिप फ्लॉप हुआ है, यह कहने में भी। बॉलीवुड अदाकार सलमान खान जोधपुर दी एक स्थानक अदालत च आर्म्स एक्ट मामले च पेश होए। सलमान खान अपने बयान दर्ज करवाउण लई कोर्ट च पहुंचे सन। अदालत च सलमान ने अपने बयाना तो मुकरदे होए कहा कि उन्होंने पुलिस दे दबाव च अपने कोल हथियार होण दी गल कही सी। सलमान खान ने जज सामने अपने आप नूं बेकसूर दस्या। मामले दी अगली सुनवाई हुण 4 अप्रैल रखी गई है। दस दिए काला हिरण शिकार मामले च सलमान खान ने पहला दिते बयान च अपने कोल ਨਾਜਾਇਜ਼ ਹਥਿਆਰ ਰੱਖਣ ਦੀ ਗੱਲ ਕਬੂਲੀ ਸੀ। ਸਿੱਖ ਵਿਅਕਤੀ ਤੇ ਅਮਰੀਕਾ 'ਚ ਨਸਲੀ ਹਮਲਾ ਕਰਨ ਵਾਲੇ ਇੱਕ ਅਮਰੀਕੀ ਲੜਕੇ ਨੂੰ ਅਦਾਲਤ ਨੇ 2 ਸਾਲ ਲਈ ਨਿਗਰਾਨੀ ਹੇਠ ਰੱਖਣ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਉਸ ਨੂੰ ਸਿੱਖ ਭਾਈਚਾਰੇ ਲਈ ਸਮਾਜ ਸੇਵਾ ਕਰਨ ਦਾ ਵੀ ਹੁਕਮ ਸੁਣਾਇਆ। ਦੱਸ ਦਈਏ ਮੁਲਜ਼ਮ ਨੇ ਅਮਰੀਕਾ ਰਹਿੰਦੇ ਸਿੱਖ ਵਿਅਕਤੀ ਇੰਦਰਜੀਤ ਸਿੰਘ ਮੱਕੜ ਨਾਲ 8 ਸਤੰਬਰ ਨੂੰ ਕੁੱਟਮਾਰ ਤੇ ਨਸਲੀ ਟਿੱਪਣੀਆਂ ਕੀਤੀਆਂ ਸਨ। ਹਮਲੇ ਕਾਰਨ ਇੰਦਰਜੀਤ ਸਿੰਘ ਦੇ ਨੱਕ ਦੀ ਹੱਡੀ ਟੁੱਟ ਗਈ ਸੀ। ਉਕਤ ਨੌਜਵਾਨ ਨੇ ਸਿੱਖ ਨੂੰ ਉਸਾਮਾ ਬਿਨ ਲਾਦੇਨ ਤੇ ਅੱਤਵਾਦੀ ਵੀ ਕਿਹਾ ਸੀ। ਦਰਅਸਲ ਮੁਲਜ਼ਮ ਇੱਕ ਅਮਰੀਕੀ ਨਾਬਾਲਿਗ ਮੁੰਡਾ ਹੈ। ਦਸੇ ਕੁਲੀਏਸ਼ਨ ਦੇ ਲੀਗਲ ਡਾਇਰੈਕਟਰ ਇੰਦਰਜੀਤ ਤੇ ਅਟਾਰਨੀ ਹਰਸਿਮਰਨ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਉਸਦੀ ਲਾਇਸੈਂਸ ਨੰਬਰ ਪਲੇਟ ਤੋਂ ਹੋਈ ਸੀ। ਆਸਟ੍ਰੇਲੀਆ 'ਚ ਪੰਜਾਬੀ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਪੰਜਾਬੀ ਮੂਲ ਦੇ ਪ੍ਰੋਫੈਸਰ ਹਰਗੁਰਦੀਪ ਸਿੰਘ ਸੈਣੀ ਨੂੰ ਯੂਨੀਵਰਸਿਟੀ ਆਫ ਕੈਨਬਰਾ ਦਾ ਵਾਈਸ ਚਾਂਸਲਰ ਬਣਨ ਦਾ ਮਾਣ ਹਾਸਲ ਹੋਇਆ ਹੈ। ਉਹ 1 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਰਹੇ ਸੈਣੀ ਕੈਨੇਡਾ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ 'ਚ ਵੀ ਉੱਚ ਅਹੁਦਿਆਂ ਤੇ ਰਹਿ ਚੁੱਕੇ ਨੇ। ਦੱਸ ਦਈਏ ਪ੍ਰੋਫੈਸਰ ਹਰਗੁਰਦੀਪ ਸਿੰਘ ਇਸ ਸਮੇਂ ਕੈਨੇਡਾ ਦੇ ਯੂਨੀਵਰਸਿਟੀ ਆਫ ਟੋਰੋਂਟੋ 'ਚ ਵਾਈਸ ਪ੍ਰੈਜ਼ੀਡੈਂਟ ਨੇ। ਉਹ ਹੁਣ ਸਟੀਫਨ ਪਾਰਕਰ ਦੀ ਥਾਂ ਕੈਨਬਰਾ ਯੂਨੀਵਰਸਿਟੀ ਦੇ ਅਗਲੇ VC ਹੋਣਗੇ। ਸਾਲ 2000 'ਚ ਕੈਨਬਰਾ ਵਿੱਚ ਹੀ ਕੌਮੀ ਵਿਗਿਆਨ ਅਤੇ ਉਦਯੋਗਿਕ ਖੋਜ ਸੰਸਥਾ 'ਚ ਸੇਵਾਵਾਂ ਦੇ ਚੁੱਕੇ ਸੈਣੀ ਨੇ ਇਸ ਨਿਯੁਕਤੀ ਦੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਅਮਰੀਕਾ ਦੇ ਬੋਸਟਨ ਤੋਂ ਲਾਸ ਏਂਜਲਸ ਜਾ ਰਹੀ 2 ਮੁਸਲਿਮ ਔਰਤਾਂ ਨੂੰ ਇੱਕ ਕਰੂ ਮੈਂਬਰ ਦੀ ਸ਼ਿਕਾਇਤ ਤੋਂ ਬਾਅਦ ਜਹਾਜ਼ 'ਚੋਂ ਉਤਾਰ ਦਿੱਤਾ ਗਿਆ। ਦਰਅਸਲ ਕਰੂ ਮੈਂਬਰ ਮੁਤਾਬਕ 2 ਮੁਸਲਿਮ ਔਰਤਾਂ 'ਚੋਂ ਇੱਕ ਔਰਤ ਉਸਨੂੰ ਘੂਰ ਰਹੀ ਸੀ, ਜਿਸ ਤੋਂ ਬਾਅਦ ਉਸਨੇ ਇਸ ਦੀ ਸ਼ਿਕਾਇਤ ਏਅਰਪੋਰਟ ਅਥਾਰਿਟੀ ਨੂੰ ਕਰ ਦਿੱਤੀ। ਕੁਝ ਦੇਰ ਬਾਅਦ ਪੁਲਿਸ ਦੋਵੇਂ ਔਰਤਾਂ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ। ਸ਼ੇਰਨ ਕੈਸਲਰ ਨਾਂ ਦੀ ਪੈਸੇਂਜਰ ਨੇ ਫੇਸਬੁੱਕ ਪੇਜ 'ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।
ਕੇਸਲਨ ਮੁਤਾਬਕ ਦੋਵੇਂ ਔਰਤਾਂ ਮੋਬਾਈਲ ਤੇ ਫਿਲਮ ਵੇਖ ਰਹੀਆਂ ਸਨ, ਪਰ ਕਰੂ ਮੈਂਬਰ ਮੁਤਾਬਕ ਉਸ ਨੂੰ ਸ਼ੱਕ ਹੋਇਆ ਕਿ ਇਹ ਔਰਤ ਜਹਾਜ਼ ਦੀ ਵੀਡੀਓ ਬਣਾ ਰਹੀਆਂ ਨੇ ਜੋ ਨਿਯਮਾਂ ਦੇ ਖਿਲਾਫ ਹੈ। ਉਧਰ ਏਅਰਲਾਈਨਸ ਕੰਪਨੀ ਜੈੱਟ ਬਲੂ ਨੇ ਸਫਾਈ ਦਿੰਦਿਆਂ ਕਿਹਾ ਕਿ ਜੇਕਰ ਕਰੂ ਮੈਂਬਰ ਨੂੰ ਕਿਸੇ ਪੈਸੰਜਰ ਤੇ ਸ਼ੱਕ ਹੁੰਦਾ ਹੈ ਤਾਂ ਉਹ ਇਸ ਦੀ ਜਾਣਕਾਰੀ ਅਥਾਰਟੀ ਨੂੰ ਦਿੰਦੇ ਨੇ। ਉਹਨਾਂ ਕਿਹਾ ਕਿ ਇਸ ਮਾਮਲੇ 'ਚ ਇਹੀ ਕੁਝ ਹੋਇਆ। ਖਬਰਾਂ ਦੇ ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਇਜਾਜ਼ਤ ਦਿਓ, ਧੰਨਵਾਦ।